साडे جوان ਦਾ ਮਿਲਦਾਨ ਨਹੀਂ ਹੋ ਗਿਆ ਸਾਰੇ ਅੱਖਿਆ ਪ੍ਰਧਾਨ ਮੰਤਰੀ ਹੋ ਰਹੇ ਗਲਵਾਨ ਕਾ ਟਿੱਡੇ ਅਲਾਤ ਉਪਰ ਚਰਚਾ ਹਸਤਾ ਹੈ 19 ਜੂਨ ਦੀ ਸਭਨੇ ਤਰੰਦੀ ਸਦੀ ਬੈਠਕ ਗਲਵਾਨ ਕਾ ਟਿੱਚ ਸੈਨਕੀ ਦੀ ਸ਼ਾਦਤ ਬੜੀ ਦੁਖੇ ਵਾਲੀ ਰਾਸ਼ਟ੍ਰੋਪ ਦੀ ਬਹਾਦਰੀ ਕੀ ਕਦੇ ਨਹੀਂ ਪਹੁੰਚ ਆਖਿਆ ਰਾਜਨਾਥ ਸਿੰਘ ਹੋ ਰਹੇ ਪੰਡਤ ਮਟਿure ਪੰਦਰੇ ਰਾਜ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਪ੍ਰਮੁੱਖ ਕਨੈਕਟੀ ਚਰਚਾ ਆਖਿਆ ਸੇਨਤਾਂਜ ਦੇ ਵਿਸਤਾਰ ਦੀ ਕੀਤੀ ਜਾ ਰਹੀ ਹੈ ਸਭ ਤੋਂ ਸ਼ਾਮ ਦੀ ਤਰਜੀਹ ਨਮਸਕਾਰ ਡੋਰੀ ਖਬਰਿੰਦੇ ਸਪੋਰਟਨ ਸੇ ਤੁੰਦਾ ਸਵਾਗਤ ਹੈ ਮੈਂ ਰਾਜਨ ਬੜਿਆਲ ਤੇ ਪੇਸ਼ਨ ਇਸ ਬਲੇ ਦੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀਓ ਨੇ ਅੱਜ ਰਾਸ਼ਟਰੀ ਪ੍ਰੋਸਾ ਦਵਾਇਆ ਜੇ ਸਾਡੇ ਜਵਾਨੇ ਦਾ ਬੇਰਦਾਨ ਬੇਅਰਥ ਨਹੀਂ ਜਾਗ ਇੱਕ ਸਨੇਹਚ ਪ੍ਰਧਾਨ ਮੰਤਰੀ ਉਹ ਰਿਆ ਕਿ ਸਾਡੇ ਤਾਈਂ ਮੁਲਕੇ ਦੀ ਇਕਤਾ ਤੇ ਸੰਪ੍ਰਭੂਤਾ ਸਭਨੇ ਤੁਮ ਮਰਡੀ ਮਤ ਪੂਰਨ ਹੈ ਉਹਨੇ ਆਕੇ ਜੇ ਭਾਰਤ ਸ਼ਾਂਤੀ ਚਾਹੰਦਾ ਪਰ ਸਪਸ਼ਟ ਕੀਤਾ ਜੇ ਉਕਸਾਨੇ ਉਪਰ ਭਾਰਤ ਬਨਕਦਾ ਜਵਾਬ ਦੇਣ ਦੀ ਵੀ ਪੂਰੀ ਸਮਰਥ ਰੱਖਦਾ ਹੈ ਜਬ ਵੀ ਸਮਾਂ ਆਇਆ ਹੈ ਹਮਨੇ ਦੇਸ਼ ਕੀ ਅਖੰਡਤਾ और संप्रभुता की रक्षा करने में अपनी शक्ति का प्रदर्शन किया है अपनी क्षमताओं को साबित किया है त्याग और तितिक्षा हमारे राष्ट्रीय चरित्र का हिस्सा है लेकिन साथ ही विक्रम और वीरता भी उतना ही हमारे देश के चरित्र का हिस्सा है मैं देश को भरोसा दिलाना चाहता हूं हमारे जवानों का बलिदान व्यर्थ नहीं जाएगा हमारे लिए भारत की अखंडता और संप्रभुता सर्वोच्च है और इसकी रक्षा करने से hame koi bhi rok nahi sakta pradhan mantri narendra modi yo ne ismi nadi unni tarikh gi sanjha 5 baje ladakh di galwan ghati che bani di maujooda sthiti upar soch vichar lai sabne party di ek baithak saddi di hai pradhan mantri karyalay mujhe wo sabne rajnitik dale de adhyaksh video conferencing raein is baithak ka j salangan june 15 te 16 di majal tri rati galwan kaate che chini te party balanche o de insa gatirod de chalde b party jawan shheed hoye gaye he ਤੋਈ ਦੀ ਜਾਣਕਾਰੀ ਮੁਤਾਬਕ ਚੀਨੀ ਪੀਐਲਏ ਦਾ ਵੀ ਇਸ ਅਨਸੰਗਤੀरोध ਕਾਰਨ ਪਾਰੀ ਜਾਣੇ ਨੁਕਸਾਨ ਹੋਇਆ ਹੈ ਮੰਨੇ ਵਾਲੇ ਚ ਗਤੀरोध ਚ ਸ਼ਾਮਿਲ ਚੀਨੀ ਕਮਾਂਡਿੰਗ ਅਧਿਕਾਰੀ ਵੀ ਸ਼ਾਮਿਲ ਹੈ ਰੱਖਿਆ ਮੰਤਰੀ ਰਾਜਨਾ ਸਿੰਘ ਨੇ ਗਲਵਾਨਗਾਟੀ ਚ ਸ਼ੀ ਦੋ ਦੇ ਸੈਨਿਕਾਂ ਦੀ ਸ਼ਰਧਾਂਜਲੀ ਅਰਪਿਤ ਕੀਤੀ ਹੈ ਉਨੇ ਆਖਿਆ ਜੇ ਇਹਨੇ ਸੈਨਿਕਾਂ ਅਦਮ ਵਿੱਚ ਸਾਹਸ ਦਾ ਪਰਿਚੇਦ ਦਿੰਦੇ ਹੋਈ ਸਰਬੋੱਚ ਬਲਿਦਾਨ ਦਿੱਤਾ ਇੱਕ ਟਵੀਟ ਚ ਉਨੇ ਆਖਿਆ ਜੇ ਰਾਸ਼ਟਰ ਇਹਨੇ ਸੈਨਿਕ ਦੇ ਬਲਿਦਾਨ ਕੀ ਕਦੇ ਨਹੀਂ ਭੁੱਲੋਗੇ ਤੇ ਮੁਸ਼ਕਲ ਦੀਸ ਘੜੀ ਚ ਮੁਲਕ ਉੰਦੇ ਕੰਨਾ ਹੈ बजरंग दल ਦੇ ਕਾਰਜਕਰਤਾ ਹੈ ਅਜ ਪ੍ਰੈਸ ਕਲੱਬ ਜਮੂਦੇ ਬਾਦ ਚੀਨ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਏ ਚੀਨ ਦਾ ਪੁਤਲਾ ਫੂਕੀ ਹੈ ਆਪਣਾ ਰੌਂਜਾਰ ਕੀਤਾ ਮੀਡੀਆ ਕਰਮੀਆਂ ਕਰਨਾ ਗੱਲਬਾਤ ਕਰਦੇ ਹੋਏ ਰਾਸ਼ਟਰੀ ਬਜਰੰਗ ਦਲ ਦੇ ਪ੍ਰਦੇਸ਼ ਪ੍ਰਧਾਨ ਰਾਕੇਸ਼ ਹੋਰੇ ਨੂੰ ਗਲਾਇਆ ਜਿਸ ਸਾਡੀ ਸੇਨਾ ਚੀਨ ਦਾ ਮੁਕਾਬਲਾ ਕਰਨ ਲਈ ਪੂਰੀ ਚਾਲੀ ਸਖਸ਼ਮ ਹੈ जिस प्रकार से चाइना के सैनिकों द्वारा कायरतापूर्ण तरीके से हमारे 20 सैनिकों को शहीद किया गया है आज पूरा देश जो है केंद्र सरकार के साथ खड़ा है कि केंद्र सरकार हमारे 20 सैनिकों की शहादत का बदला ले हम पूरे देश की जनता से भी ये आह्वान करना चाहते हैं कि हम ही लोगों ने इस चाइना को इतना मजबूत बनाया उसका सामान खरीद कर और आज वो हम आंखें जो है वो हम हिंदुस्तान को दिखा रहा है मैं पूरे देश की जनता से यह आह्वान करना चाहता हूँ की आज से ही चाइनीज सामान का बहिष्कार करना शुरू कर दे ਸਿਵ ਸੇਨਾ ਬਾਲਾਠਾ ਸਾਹਿਬ ਠਾਕਰੇ ਦੀ ਜੰਮੂ ਕਸ਼ਮੀਰ ਇਕਾਈ ਦੇ ਨੇਤਾ ਹੈ ਚੀਨ ਦੀ ਨਾਪਾਕ ਹਰਕਤਾਂ ਖਿਲਾਫ ਅੱਜ ਪ੍ਰਦਰਸ਼ਨ ਕਰਦੀ ਹੋਈ ਚੀਨ ਦਾ ਝੰਡਾ ਪੁਤਲਾ ਤੇ ਉਸ ਸਮਿਆਨ ਫੂਕਿਆ ਪਾਰਟੀ ਦੇ ਪ੍ਰਦੇਸ਼ ਅਧਿਕਸ਼ ਮਨੀਸ਼ ਸਾਨੀ ਹੋਰੇ ਸਰਕਾਰ ਦੀ ਅਪੀਲ ਕੀਤੀ ਹੈ ਜਿਉ ਚੀਨ ਖਿਲਾਫ ਰਾਜਨੀਤਿਕ ਆਰਥਿਕ ਤੇ ਸੈਨਿਕ ਸਤਰਾ ਉੱਪਰ ਕਾਰਵਾਈ ਕੀਤੀ ਜਾ ਤੇ ਭਾਰਤੀ ਸੈਨਿਕਾਂ ਦੀ ਸ਼ਹਾਦਤ ਦਾ ਬਦਲਾ ਲੈਤਾ ਜਾ ਨੈਸ਼ਨਲ ਕਾਨਫਰੰਸ ਦੇ ਪ੍ਰਾਂਤ ਪ੍ਰਧਾਨ ਦਿਵਿੰਦਰ ਸਿੰਘ ਰਾਣਾ ਉਹ ਆਖਿਆ ਜੇ ਮੁਲਕ ਦੀ ਅਖੰਡਤਾ ਤੇ ਸੰਪ੍ਰਭੂਤਾ ਕੰਨ ਕੋਈ ਸਮਝੌਤਾ ਨਹੀਂ ਕੀਤਾ ਜਾਗ ਮੀਡੀਆ ਕਰਮੀਆਂ ਕੰਨ ਗੱਲਬਾਤ ਕਰਦੇ ਹੋਈ ਰਾਣਾ ਉਹ ਆਖਿਆ ਜੇ ਮੁਲਕ ਸਭਨੇਸ਼ਾ ਪਹਿਲੇ ਆਉਂਦਾ ਉਹਨੇ ਆਖਿਆ ਜੇ 130 ਕਰੋੜ ਦੀ ਆਬਾਦੀ ਵਾਲਾ ਮੁਲਕ ਅਸਲ ਕਬਜ਼ਾ ਰੇਖਾ ਉੱਪਰ ਬਣੇ ਦੇ ਇਸ ਛਤੁਰਤਾਲੇ ਮੌਲ ਚ ਇਕਜੁਟ ਹੈ ਤੇ ਦੇਸ਼ਵਾਸੀ ਕੀ ਆਪਣੀ ਫੌਜ ਦੀ ਸਮੱਤ ਤੇ ਦਲੇਰੀ ਉੱਪਰ ਪੂਰਾ ਭਰੋਸਾ ਕਰਦਾ ਹੈ ਉੱਥੇ ਗਿਆ ਅਸਲ ਕਬਜ਼ਾ ਰੇਖਾ ਉੱਪਰ ਚੀਨ ਕਰਨਾ ਉਹ ਦੀ ਚੜ੍ਹਪ ਚ ਸ਼ਹੀਦ ਹੋਏ ਦੇ ਬਾਦ ਉਜਵਾਨ ਦੇ ਪਰਿਵਾਰਾਂ ਕੰਨ ਸਨਵੇਦਨਾ ਜਤਾਉਂਦੇ ਹੋਈ ਜ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਵਕਤਾ ਰਵਿੰਦਰ ਸ਼ਰਮਾ ਹੋਰੇ ਆਖਿਆ ਜੇ ਪੂਰਾ ਮੁਲਕ ਸੈਨਾ ਦੇ ਕੰਨਾ ਹੈ ਇਹਦੇ ਕੰਨਾ ਹੈ ਦੇਸ਼ ਵਾਸੀਆਂ ਕੀ ਚੀਨ ਤੇ ਹੋਰ ਨੇ ਵਿਰੋਧੀ ਗਵਾਂਡੀ ਮੁਲਕੇ ਕੰਨਾ ਹੈ ਜੁੜੇ ਦੇ ਮੁੱਦੇ ਕੰਨਾ ਹੈ ਨਿਬੜਨੇ ਲਈ ਸਰਕਾਰ ਉੱਪਰ ਵੀ ਭਰੋਸਾ ਹੈ ਕਠੂਆ ਚ ਹਿੰਦੂ ਜਾਗਰਣ ਮੰਚ ਦੇ ਕਾਰਜਕਰਤਾ ਹੈ ਸਿੱਧੀ ਚੌਕ ਉੱਪਰ ਕਿੱਥੇ ਹੋਈ ਇਹ ਚੀਨ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਇਹਨੇ ਲੋਕੇ ਚੀਨ ਖਿਲਾਫ ਨਾਰੇ ਲਾਉਂਦੇ ਹੋਏ ਚੀਨ ਦਾ ਝੰਡਾ ਵੀ ਫੂਕਿਆ ਇਹ ਲੋਕ ਗਲਵਾਨ ਗਾਟੀ ਚ ਚੀਨੀ ਸੈਨਾ ਦਾ ਸਮਾਨ ਸਾਮਨਾ ਕਰਦੀ ਹੋਈ ਸੀਦ ਉਹ ਇਹਦੇ ਭਾਰਤੀ ਜਵਾਨੇ ਦੇ ਸਨਮਾਨ ਚ ਨਾਰੇ ਲਾ ਕਰਦੇ ਹੈ ਇੱਕ ਸਰਵਿਸਮੈਨ ਵੈਲਫੇਅਰ ਐਸਟਿਊਸ਼ਨ ਕਟੂਆ ਦੇ ਪ੍ਰਧਾਨ ਮਨੋਵ ਸਿੰਘ ਤੇ ਚੇਅਰਮੈਨ ਕੈਪਟਨ ਗਿਆਨ ਸਿੰਘ ਪਠਾਨੀਆਂ ਹੋ ਰਹੇ ਗਲਵਾਂਚ ਸੀਦ ਉਹ ਦੇ ਜਵਾਨੇ ਦੀ ਸ਼ਹਾਦਤ ਲਈ ਦਿੱਤੀ ਉਹਨੇ ਭਾਰਤੀ ਸੈਨਾ ਉਪਰ ਕੀਤੇ ਗਦੇ ਸੰਭਲੇ ਦੀ ਨਿੰਦਿਆ ਕਰਦੀ ਹੋਈ ਪ੍ਰਧਾਨ ਮੰਤਰੀ ਉਹਦੇ ਥਮਾ ਚੀਨ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਇੰਡੀਅਨ ਆਰਮੀ ਜੰਦਾ ਵਿਸ਼ਵਿੰਦੂ ਪਰੀਸ਼ਦ ਦੇ ਬਜਰੰਗਦਲ ਨੇ ਲਦਾਖ ਚ ਭਾਰਤੀ ਸੈਨਿਕ ਦੇ ਅਤਿਆਤਾਂ ਹੀ ਚੀਨ ਖਿਲਾਫ ਪੁਨਛਿ ਚ ਪ੍ਰਦਰਸ਼ਨ ਕੀਤਾ ਤੇ ਚੀਨ ਦੇ ਪੁਤਲੇ ਫੂਕੇ ਇਹ ਵਿਰੋਧ ਪ੍ਰਦਰਸ਼ਨ ਨਿਯੰਤਰ ਰੇਖਾ ਕਾਸ਼ਯ ਅਜੋਟ ਥਾਰ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਚੀਨ ਖਿਲਾਫ ਨਾਰੇ ਲਾਏ ਉਹਨੇ ਸ਼ਹੀਦ ਸੈਨਿਕ ਦੀ ਪੁਸ਼ਪਾਂਜਲੀ ਪੇਟ ਕੀਤੀ ਤੇ ਚੀਨ ਖਿਲਾਫ ਕੜੀ ਕਾਰਵਾਈ ਕਰਨ ਦੀ ਮੰਗ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਕਰੋਨਾ ਮਰੀਜ਼ਾਂ ਦੀ ਵੱਧਦੀ ਗਿਣਤਰੀ ਕੀ ਦਿਖਦੀ ਹੋਈ ਸਾਡੀ ਪ੍ਰਾਥਮਿਕਤਾ ਸਿਹਤ ਦੇ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨਾ ਹੋਣੀ ਲੋਟਦੀ ਉਹਨੇ ਆਖਿਆ ਜੇ ਇਹ ਤਾਂ ਗੋਈ ਸਤੁਗ ਜਦੋਂ ਹਰ ਕਰੋਨਾ ਮਰੀਜ਼ ਦੀ ਲੋਟਦਾ ਇਲਾਜ ਮੁਆਵਜ਼ਾ ਆਸ ਲੋਗ ਉਹਨੇ ਆਖਿਆ ਜੇ ਅਸੀਂ ਕੀ ਜਾਂਚ ਪਰ ਮਤਾ ਜ਼ੋਰ ਦੇਣਾ ਹੋਗ ਤਾਂ ਜੇ ਲਾਗੇ ਵਾਲੇ ਲੋਕੀਂ ਦੀ ਟੁੱਪੀ ਹੈ ਬਖ ਕੀਤਾ ਜਾਈ ਸਕਾ ਇਹ ਗੱਲ ਪ੍ਰਧਾਨ ਮੰਤਰੀਓ ਨੇ ਮੁਲਖਾ ਚ ਕੋਵਿਡ 19 ਦੇ అలਾਤ ਬਾਰੇ 15 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਤੇ ਉਪ ਰਾਜਪਾਲ ਨੇ ਕੰਨ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤੀ ਗਈ ਚਰਚਾ ਦੌਰਾਨ ਆਖੀ 1 ਕਰੋੜ ਸੇ ਅਧਿਕ ਪੀਪੀਜ਼ ਔਰ ਇਤਨੇ ਹੀ ਐਨ 95 ਮਾਸਕ ਰਾਜੋ ਤੱਕ ਪਹੁੰਚ चुके हैं हमारे पास डायग्नोस्टिक किट्स का पर्याप्त स्टॉक है और उनकी प्रोडक्शन कैपेसिटी भी बहुत बढ़ाई गई है अब तो पीएम केयर फंड के तहत भारत में ही बने वेंटिलेटर्स की सप्लाई भी शुरू हो चुकी है ਉਪ ਰਾਜਪਾਲ ਜਿਸੇ ਮੁਰਮੁੰਦੀ ਅਧਿਖਤਾ ਚ ਲੱਗੀ ਦੀ ਬੈਠਕ ਚ ਪ੍ਰਸ਼ਾਸਨਿਕ ਕਾਉਂਸਲ ਨੇ ਖੇਤੀਬਾੜੀ ਪੈਦਾਵਾਰ ਵਿਭਾਗ ਦਾ ਨਾਂ ਬਦਲੀਏ ਖੇਤੀਬਾੜੀ ਪੈਦਾਵਾਰ ਤੇ ਕਰਸਾਨ ਕਲਿਆਣ ਰੱਖਣ ਦੀ ਮਨਜ਼ੂਰੀ ਦਿੱਤੀ ਹੈ ਜਿਹਦਾ ਮਤਾ ਧਿਆਨ ਕਰਸਾਨੇ ਦੀ ਭਲਾਈ ਬਿਹਤਰੀ ਉਪਰੋਗ ਇਹ ਤਬਦੀਲੀ ਕੇਂਦਰ ਸਰਕਾਰ ਪਾਸ ਸ ਹੈ ਖੇਤੀ ਮੰਤਰਾਲੇ ਦਾ ਨਾਂ ਬਦਲੀਏ ਖੇਤੀ ਸਹਿਯੋਗ ਤੇ ਕਰਸਾਨ ਕਲਿਆਣ ਰੱਖਣ ਮਗਰਾਂ ਕੀਤੀ ਗਈ ਹੈ ਪ੍ਰਸ਼ਾਸਨਿਕ ਕਾਉਂਸਲ ਨੇ ਸ਼ਹਿਰੀ ਮਕਾਮੀ ਨਿਕਾਏ ਚ ਐਕਰੋਲ ਬੇਸਡ ਡਬਲ ਐਂਟਰੀ ਆਲੀ ਸਾਬ ਲੇਖਾ ਪ੍ਰਣਾਲੀ ਦੀ ਅਮਲਾਵਰੀ ਆਸਤੇ ਜੰਮੂ ਕਸ਼ਮੀਰ ਮਿਊਨਿਸਪਲ ਅਕਾਊਂਟਿੰਗ ਐਂਡ ਬਜਟਿੰਗ ਰੂਲ 2020 ਦੀ ਵੀ ਮਨਜ਼ੂਰੀ ਪ੍ਰਦਾਨ ਕੀਤੀ ਹੈ ਮੁੱਖ ਸਚਿਵ ਬੀਬੀਆਰ ਸੁਬਰਾਮਨੀਮ ਨੇ ਅੱਜ ਰਾਜ ਖਾਦਯ ਸੁਰੱਖਿਆ ਮਿਸ਼ਨ ਕਾਰਜਕਾਰੀ ਕਮੇਟੀ ਦੀ ਇੱਕ ਜਾਇਜ਼ਾ ਬੈਠਕ ਲਵਾਈ ਇਹ ਬੈਠਕ ਰਾਸ਼ਟਰੀ ਖਾਦਯ ਸੁਰੱਖਿਆ ਮਿਸ਼ਨ ਤਹਿਤ ਆਇਲ ਸੀਡਸ ਤੇ ਟ੍ਰੀ ਬੌਰਨ ਆਇਲ ਸੀਡਸ ਦੇ ਖੇਤਰ ਵਿੱਚ ਅਸਲ ਉਪਲਬਧੀਆਂ ਉੱਪਰ ਖਾਸ ਧਿਆਨ ਦਿੰਦੇ ਹੋਏ ਲੁਆਈਗੇ ਦੀ ਹੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਕਸ਼ਦੀ ਮਤਵਾ ਉਪਰ ਲੋਪਾਂਦੇ ਹੋਈ ਮੁਖ ਸਚੀਬ ਹੋਰੇ ਖੇਤਰ ਚ ਆਨਦਾਣਾ ਤੇ ਤੇਲ ਦਾ ਉਤਪਾਦਨ ਲੰਬੀ ਅਵਧੀ ਤੱਕ ਬਣਾਉਣੇ ਉਪਰ ਜ਼ੋਰ ਦਿੱਤਾ ਮੁਖ ਸਚੀਬ ਹੋਰੇ ਅਧਿਕਾਰੀਆਂ ਕੀ ਜ਼ੋਰ ਦਈਆ ਕਿ ਜੇ ਮੌਸਮ ਦੇ ਸਹਬਾ ਕਾ ਨੈ ਫਸਲ ਲਾਣੇ ਲੋਚਦਾ ਬੁਨਿਆਦੀ ਢਾਂਚਾ ਵਿਕਸਿਤ ਕਰਨੇ ਕਿਸਾਨਾਂ ਕੀ ਲੋਚਦੀ ਸਹਾਇਤਾ ਉਪਲਬਧ ਕਰਵਾਣੇ ਤੇ ਮੰਡੀਆਂ ਤੋੜੀ ਸੜਕ ਸਬੰਧਗ ਉਪਲਬਧ ਕਰਾਇਆ ਜਾਣੇ ਬਖੀ ਸਮੂਹਿਕ ਸਤਰਾ ਉਪਰ ਇੱਕ ਨਜ਼ਰੀਆ ਅਪਣਾਇਆ ਜਾ ਕੁਲੀ ਸਿੱਖਿਆ ਤੇ ਕੌਸ਼ਲ ਵਿਕਾਸ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਡਾਕਟਰ ਅਸਗਰ ਹਸਨ ਸੈਮੋਨੋ ਨੇ ਅੱਜ ਇੱਕ ਬੈਠਕ ਲੋਈ ਹੈ ਆਤਮ ਨਿਰਭਰਤਾ ਬਿਆਨ ਅਤੇ ਤਕਨਾਲੋਜੀ ਤੇ ਮਿਆਰੀ ਸਿੱਖਿਆ ਉੱਪਰ ਬਵਾਦ ਲਈ ਅਮਲ ਵਿੱਚ ਆਂਦੀ ਗਈ ਦੀ ਯੋਜਨਾਵਾਂ ਦੀ ਸਮੀਖਿਆ ਕੀਤੀ ਬੈਠਕਾਂ ਦੌਰਾਨ ਉਹਨੇ ਸਰਬੰਧਿਤ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਇਹ ਪਰਿਯੋਜਨਾ ਦੀ ਜ਼ਰੂਰਤ ਸਾਬ ਹੈ ਤੌਲੇ ਸ਼ਾ ਤੌਲੇ ਫੰਡ ਜਾਰੀ ਕੀਤੇ ਜਾਣ ਉਹਨੇ ਇਹ ਵੀ ਨਿਰਦੇਸ਼ ਦਿੱਤਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਬਾਦੂ ਫਾਇਦੇ ਉਪਲਬਧ ਕਰਵਾਉਣੇ ਬਖੀ ਵੀ ਧਿਆਨ ਦਿੱਤਾ ਜਾ ਬੈਠਕਾਂ ਦੌਰਾਨ ਪ੍ਰਿੰਸੀਪਲ ਸੈਕਟਰੀ ਹੋਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਹਰ ਯੋਜਨਾ ਉੱਪਰ ਵਿਭਾਗਾਂ ਆਸਿਆ ਪੁੱਟੀ ਜਾਣੇ ਵਾਲੀ ਗੇਂਦੀ ਨਿਗਰਾਨੀ ਕੀਤੀ ਜਾ ਕੇਂਦਰ ਸਰਕਾਰ ਨੇ ਅਜਾਖਿਆ ਹੈ ਜੇ ਮੁਲਖਾ ਚ ਕੋਵਿਡ ਦੇ ਮਰੀਜ਼ਾਂ ਦੇ ਠੀਕ ਹੋਣੇ ਦੀ ਸ਼ਰਾਬ 55.79 ਹੋਈ ਗਈ ਹੈ ਤੇ ਇਸ ਵਾਇਰਸ ਕਰਨਾ ਪ੍ਰਭਾਵਿਤ 186935 ਮਰੀਜ਼ ਠੀਕ ਵੀ ਹੋਈ ਚੁਕੇ ਨੇ ਮੁਲਕਾ ਚ ਇਸਲਾਇ 155227 ਐਕਟਿਵ ਪੋਜ਼ਿਟਿਵ ਮਾਮਲੇ ਨੇ ਅੱਜ ਮੁਲਕਾ ਚ ਸਭਨੇ ਸ਼ਮਾਮਤੇ ਲੋਕੀ ਦੀ ਕਰੋਨਾ ਸੰਕਰਮਨ ਕਰੀ ਮੌਤ ਹੋਈ ਗਈ ਹੈ ਪਿਛਲੇ 24 ਘੰਟੇ ਦੌਰਾਨ ਇਸ ਵਾਇਰਸ ਕਰਨਾ 2000 ਤਰੇ ਮਰੀਜ਼ ਦੀ ਮੌਤ ਹੋਈ ਗਈ ਹੈ ਮੰਨੇ ਵਾਲੇ ਦੇ ਕੁੱਲ ਗਿਣਤਰੀ 11973 ਦੀ ਜੈਪੁਜੀ ਹੈ ਤਾਂ ਜੰਮੂ ਕਸ਼ਮੀਰ ਚ ਕੱਲ ਕੋਵਿਡ 19 ਦੇ 789 ਮਾਮਲੇ ਸਾਹਮਣੇ ਆਏ ਇਹਦੇ ਚ 16 ਮਾਮਲੇ ਜੰਮੂ ਪ੍ਰਾਂਤ ਦਾ ਨੇ ਤੇ ਕਸ਼ਮੀਰ ਪ੍ਰਾਂਤਾਂ ਦੇ ਨੇ ਇੰਦੇ ਕਰਨੇ ਗਏ ਮਰੀਜ਼ੇ ਦੀ ਕੁੱਲ ਗਿਣਤਰੀ 5298 ਹੋ ਗਈ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇਸ ਮਹਾਮਾਰੀ ਕਰਨੇ ਅਜੇ ਤੋੜੀ 300 ਲੋਕਾਂ ਦੀ ਜਾਨ ਵੀ ਗਈ ਹੈ ਸੁਪਰੀਮ ਕੋਰਟ ਨੇ ਅੱਜ ਕੇਂਦਰ ਕੀ ਕੋਵਿਡ 19 ਦੇ ਮਰੀਜ਼ੇ ਦਾ ਇਲਾਜ ਕਰਨ ਵਾਲੇ ਡਾਕਟਰਾਂ ਤੇ ਦੂਗੇ ਅਮਲੇ ਦੀ ਤਨਖਾਹ ਤੇ ਲੋਟਸ ਦੀ ਕਵਾਰੰਟਾਈਨ ਦੀ ਸਹੂਬਤ ਦੇਣ ਦੀ ਆਸਤਾ ਰਾਜੇ ਕੀ ਇਦਾਇਤ ਕਰਨ ਲਈ ਆਖਿਆ ਹੈ ਸਰਕਾਰ ਨੇ ਅਦਾਲਤੇ ਕੀ ਦਸਿਆ ਜੋ ਲੋਟਸ ਦੇ ਨਿਰਦੇਸ਼ ਜਾਰੀ ਕਰਨ ਨਿਆਇਮੂਰਤੀ ਅਸ਼ੋਕ ਪੂਸ਼ਨ ਐਸ ਕੇ ਕੌਲ ਤੇ ਐਮ ਆਰ ਸ਼ਾਉਂਦੀ ਬੀਟ ਨੇ ਕੋਵਿਡ-19 ਦੇ ਰੋਗੀਆਂ ਦੇ ਇਲਾਜ 'ਚ ਲੱਗੇ ਦੇ ਡਾਕਟਰਾਂ ਇਸ ਵਾਸਤ ਕਰਮੀਆਂ ਗੀ ਕਵਾਰਨਟਾਈਨ ਦੀ ਸੁਵਿਧਾ ਦੇਣੇ ਤੋਂ ਇਨਕਾਰ ਨਹੀਂ ਕੀਤਾ ਜਾਣ ਲੋਟਦਾ ਹੈ ਅਦਾਲਤ ਨੇ ਕੇਂਦਰ ਕੀ ਚੌ ਹਫਤੇ 'ਚ ਹੁਕਮ ਦਿੱਤਾ ਮੀਲ ਕਰਨੇ ਵਾਰੇ ਰਿਪੋਰਟ ਦੇਣ ਲਈ ਆਖਿਆ ਡੋਗਰੀ ਖਬਰਾਂ ਦਾ ਇਹ ਬੁਲੇਟਿਨ ਅਜੇ ਜਾਰੀ ਹੈ ਪਰ ਪਹਿਲੇ ਕਰੋਨਾ ਵਾਇਰਸ ਵਾਲੇ ਇੱਕ ਮਤ ਅਪੂਰਨ ਸੁਨੇਹਾ ਇੱਕ ਸਰਕਟ ਹਾਊਸ नोवल कोरोना वायरस बीमारी को फैलने से रोका जा सकता है खांसते और घासनते वक्त अपने मुंह पर रुमाल और टिश्यू रखकर इसे फैलने से रोक सकते हैं नोवल कोरोना वायरस बीमारी को फैलने से रोका जा सकता है खांसी और छींक के बाद और बच्चे को छूने से पहले अपने हाथों को साबुन से धोकर इसे फैलने से रोक सकते हैं अपनी सुरक्षा के लिए हमारी मदद करें अगर आपको खांसी बुखार या सांस लेने में तकलीफ हो तो तुरंत नजदीकी स्वास्थ्य केंद्र जाएं या हेल्पलाइन नंबर नौ एक 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 दो तीन नौ सात आठ शून्य चार छः करें ਖਬਰੇ ਦੇ ਬੁਲੇਟਿਨ 'ਚ ਤੁਹਾਨੂੰ ਪਰਤੀ ਸਵਾਗਤ ਹੈ ਤੇ ਹੁਣ ਲੈਨੇ ਅਗਲੀ ਖਬਰ ਜੰਮੂ ਕਸ਼ਮੀਰ ਸਰਕਾਰ ਨੇ ਲਾਕਡਾਊਨ ਦੇ ਚੱਲਦੇ ਉਹ ਨਿਥਾਰੇ ਫਸਦੇ ਪ੍ਰਦੇਸ਼ ਦੇ 145220 ਬਸਨੀਕੇ ਕੀ ਕੋਵਿਡ ਵਿਸ਼ੇਸ਼ ਰੇਲ ਗੱਡੀਆਂ ਤੇ ਬੱਸੇ ਰਾਏ ਵਾਪਸ ਆਨੇ ਆ ਜੰਮੂ ਕਸ਼ਮੀਰ ਦੇ 1381 ਬਸਨੀਕ ਲਖਨਪੁਰ ਰਾਏ ਆਪਣੇ ਕਰੇਗੀ ਪੁਜੇਨਾ ਜਿਸ ਲੈ ਕੇ 44839 ਬਸਨੀਕੇ ਗੀ ਜੰਮੂ ਦੇ ਉਨਪੋੜ ਦੇ ਰੇਲਵੇ ਸਟੇਸ਼ਨ ਨੇ ਉਪਰ 36 ਵਿਸ਼ੇਸ਼ ਰੇਲ ਗੱਡੀਆਂ ਰਾਏ ਪਜਾਇਆ ਹੈ ਕੱਲੇ ਥਮਾ ਲਈਏ ਅੱਜ ਬੜਲੇ ਤੋੜੀ ਲਖਨਪੁਰ ਰਾਂਏ 1371 ਫਸੇ ਦੇ ਯਾਤਰੂ ਆਇਨ ਜਿਸ ਲੈ ਕੇ 954 ਯਾਤਰੂ ਦਿੱਲੀ ਥਮਾ ਪੈਂਥਮੀ ਵਿਸ਼ੇਸ਼ ਰੇਲ ਗੱਡੀ ਰਾਂਏ ਜੰਮੂ ਪੁੱਜਨ ਉਹਨੇ ਤੋੜੀ ਪੈਂਥਮੀ ਰੇਲ ਗੱਡੀਆਂ ਬੱਕ ਬੱਕ ਜ਼ਿਲ੍ਹੇ ਦੇ 29143 ਮੁਸਾਫਿਰ ਗਲੀਏ ਜੰਮੂ ਆਇਨ ਆਰਸਪੁਰਾ ਤਹਿਸੀਲ ਦੀ ਜੇਵੜਾ ਪੰਚਾਇਤ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਾਏ ਗਏ ਪੱਕੇ ਮਕਾਨਾਂ 'ਤੇ ਲਗੂ ਫਿਲਮ ਜਾਰੀ ਕੀਤੀ ਗਈ ਹੈ। ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮਹਿਕਮੇ ਦੇ ਸਚੀਵ ਸ਼ੀਤਲ ਲੰਡਾ ਹੋਰੇ ਮਹਿਕਮੇ ਦੇ ਡਾਇਰੈਕਟਰ ਤੇ ਉਹਨਾਂ ਅਧਿਕਾਰੀਆਂ ਦੀ ਮੌਜੂਦਗੀ 'ਚ ਇਹ ਲਗੂ ਫਿਲਮ ਜਾਰੀ ਕੀਤੀ। ਯੋਜਨਾ ਤਹਿਤ ਜੇਵੜਾ ਪੰਚਾਇਤ 'ਚ 73 ਪੱਕੇ ਮਕਾਨ ਬਣਾਏ ਗਏ ਨੇ। ਹਰ ਘਰ 'ਚ ਸ਼ੁਚਾਲਿਆ, ਗੈਸ ਕਨੈਕਸ਼ਨ ਤੇ ਬਿਜਲੀ ਦੀ ਸਹੂਲਤਾਂ ਵੀ ਮੋਈਆ ਕਰਵਾਈ ਗਈ ਹੈ। ਗ੍ਰਾਂਦੇ ਲੋਕਾਂ ਦਾ ਗਲਾਨਾ ਹੈ ਜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਉੰਦੀ ਜ਼ਿੰਦਗੀ ਮਹਾਰਾਜਾ ਗੁਲਾਬ ਸਿੰਘ ਹੰਦਾ 199 ਰਾਜ ਤਿਲਕ ਦਿਵਸ ਮਨਾਣੇ ਆਸਤੇ ਜੰਮੂ ਕਸ਼ਮੀਰ ਤਰ ਮਟਰਸਟ ਪਾਸਿਆ ਅਜ ਅਖਨੂਰ ਦੇ ਜੀਆਪੋਤਾ ਘਾਟ ਉਪਰ ਇੱਕ ਸਮਾਰੋਹ ਲਵਾਇਆ ਗਿਆ ਇਸ ਮੌਕੇ ਸਮਾਜੀ ਦੂਰੀ ਬਣਾਈ ਰੱਖਣ ਦਾ ਪਾਲਣ ਕੀਤਾ ਗਿਆ 1922 ਚ ਅੱਜ ਦੇ ਰੋਜ਼ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨੇ ਚਨਾਬ ਦਰਿਆ ਦੇ ਸੱਜੇ ਕੰਢੇ ਉਪਰ ਜੀਆਪੋਤਾ ਘਾਟ ਅਖਨੂਰ ਸੇ ਮਹਾਰਾਜਾ ਗੁਲਾਬ ਸਿੰਘ ਹੰਦੀ ਤਾਜਪੂਸ਼ੀ ਕੀਤੀ ਹੀ ਜਿਹੜੇ ਜੰਮੂ ਕਸ਼ਮੀਰ ਰਾਜ ਦੇ ਪਹਿਲੇ ਮਹਾਰਾਜਾ ਬਣੇ ਹੈ ਤੇ ਉਹ ਅੱਜ ਜੰਮੂ ਕਸ਼ਮੀਰ ਰਾਜ ਦੇ ਸਤੰਪਾਤਕ ਵੀ ਹੈ ਉਦਮਪੁਰ ਦੀ ਇਹ ਬਖ ਬਖ ਪੰਚਾਇਤੇ ਚ ਬਰਾ 2024 ਤੱਕ ਅਰ ਕਰ ਤੋੜੀ ਪੀਣੇ ਦਾ ਪਾਣੀ ਪਹੁੰਚਾਉਣ ਲਈ ਜਲ ਜੀਵਨ ਅਭਿਆਨ ਅ ਤਹਿਤ ਕੰਮ ਜੋਰੇ ਸ਼ੋਰੇ ਉਪਰ ਚਲਾ ਕਰਦਾ ਹੈ ਇਸ ਸਰਬੰਦਾ ਚ ਜ਼ਿਲ੍ਹੇ ਦੀ ਗੰਡਾਲਾ ਪੰਚਾਇਤੇ ਚ ਪਾਣੀ ਦੀਆਂ ਪਾਈਪਾਂ ਬਿਚਾਉਣ ਦਾ ਕੰਮ ਕੀਤਾ ਜਾ ਕਰਦਾ ਹੈ ਇਹਦੇ ਕੰਨਾਂ ਆਉਂਦੇ ਦੋ ਮਹੀਨੇ ਤੋੜੀ 700 ਚੋੜ ਪਰਿਵਾਰਾਂ ਚ 2840 ਜੀਏ ਤੋੜੀ ਪੀਣੇ ਦਾ ਪਾਣੀ ਉਪਲਬਧ ਹੋ ਗਏ ਇਹਦੇ ਕੰਨ ਹੈ ਡੋਗਰੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ ਦਿਓ ਜਸਤ ਨਮਸਕਾਰ